ਇਹ ਤਾਂ ਨਾ ਇਹ ਉਹਨਾਂ ਦਾ ਨਾਂ ਫੰਡ ਸਾਡੇ ਪੰਜਾਬ ਨਾਲ ਹਮੇਸ਼ਾ ਹੀ ਇਹਨਾਂ ਨੇ ਮਤੇਈ ਮਾੜਾ ਸਲੂਕ ਕੀਤਾ ਔਰ ਸਾਡੇ ਪੰਜਾਬ ਨੂੰ ਪਿੱਛੇ ਕਰਨ ਵਾਸਤੇ ਤੁਸੀਂ ਦੇਖੋ ਸਾਡਾ RDF ਫੰਡ ਵੀ ਨਹੀਂ ਦਿੱਤਾ ਜਾ ਚਾਹੇ ਰੂਰਲ ਡਿਵੈਲਪਮੈਂਟ ਫੰਡ, ਠੀਕ ਹੈ, ਔਰ ਇਹ ਜਿਹੜੇ ਸਾਡੇ ਭੋਲੇ ਭਾਲੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀ ਉਹਨਾਂ ਦੀ ਰੋਜ਼ੀ ਰੋਟੀ ਆ ਜਿਹਦੇ 'ਤੇ ਬੈਠ ਕੇ ਉਹ ਆਪਣਾ ਪਰਿਵਾਰ ਪਾਲਦੇ ਨੇ ਔਰ ਸਾਰੇ ਹਿੰਦੁਸਤਾਨ ਦਾ ਅਨਾਜ ਇਸ ਪੰਜਾਬ 'ਚੋਂ ਜਾਂਦਾ ਅੰਨਦਾਤਾ ਨੇ, ਜੇ ਇਹ ਉਹਨਾਂ ਦੀਆਂ ਜ਼ਮੀਨਾਂ ਖੋਹਦੇ ਨੇ ਅਸੀਂ ਖੋਣ ਤਾਂ ਦੇਣੀ ਹੈ ਨਹੀਂ ਉਹਨਾਂ ਨੂੰ, ਜੋ ਉਹਨਾਂ ਦੀ ਅਸਲੀ ਕੀਮਤ ਆ ਜਦੋਂ ਤੱਕ ਸੈਂਟਰ ਗੌਰਮੈਂਟ ਉਹ ਨਹੀਂ ਦਊਗੀ ਉਨੀ ਦੇਰ ਤੱਕ ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ਼ ਹਾਂ ਵੀ ਕਿਸਾਨ ਬਿਲਕੁਲ ਆਪਣੀਆਂ ਜ਼ਮੀਨਾਂ ਖਾਲੀ ਨਾ ਕਰਨ। ਸਾਨੂੰ ਪਹਿਲਾਂ ਲੋਕ ਚਾਹੀਦੇ ਹਨ, ਰੋਡ ਨਹੀਂ ਚਾਹੀਦੇ ਹੈ। ਦੇਖੋ ਗੱਲ ਇਹ ਆ, ਹਾਂ ਪਰ ਜਿਹੜੇ ਕੁਛ ਚੰਦ ਲੋਕ ਇਹਦੇ ਵਿੱਚ ਰਲੇ ਹੋਏ ਨੇ ਕਾਨੂੰਨ ਤੋੜਦੇ ਨੇ, ਦੇਖੋ ਲਾਅ ਐਂਡ ਆਰਡਰ ਸਾਰਿਆਂ ਲਈ ਬਰਾਬਰ ਆ, ਮੈਂ ਭਾਵੇਂ ਮੈਂ ਆਪਣੇ 'ਤੇ ਗੱਲ ਲੈਣਾ, ਜੇ ਮੈਂ ਕਾਨੂੰਨ ਤੋੜੂੰਗਾ ਤਾਂ ਮੇਰੇ ਲਈ ਪੁਲਿਸ, ਪੰਜਾਬ ਪੁਲਿਸ ਹੋਈ, ਜਿਹੜੇ ਮੇਰੇ ਸਿਕਿਉਰਿਟੀ ਗਾਰਡ ਪਿੱਛੇ ਖੜੇ ਇਹਨਾਂ ਨੇ ਚੱਕ ਕੇ ਉਹਨੂੰ ਪਹਿਲਾਂ ਜਿੱਤੀ ਸੁੱਟਣਾ, ਠੀਕ ਹੈ ਨਾ। ਨਹੀਂ ਨਹੀਂ ਕੋਈ ਯੂਟਰਨ ਨਹੀਂ, ਨਹੀਂ ਨਹੀਂ ਯੂਟਰਨ ਨਾਲ ਨਹੀਂ। ਦੇਖੋ ਗੱਲ ਇਹ ਹੁੰਦੀ ਹੈ, ਜਿੱਥੇ ਲਾਅ ਐਂਡ ਆਰਡਰ ਮੇਨਟੇਨਡ ਨਹੀਂ ਹੈਗਾ, ਜਿੱਥੇ ਪੁਲਿਸ ਦਾ ਕੰਮ ਆ ਲਾਅ ਐਂਡ ਆਰਡਰ ਮੇਨਟੇਨਡ ਕਰਾਉਣਾ, ਬਸ ਪੁਲਿਸ ਦੀ ਇੱਕੋ ਹੀ ਚੀਜ਼ ਹੁੰਦੀ ਆ ਵੀ ਗੁੱਡ ਐਡਮਿਨਿਸਟ ਉਹਨਾਂ ਨੇ ਗਵਰਨੈਂਸ ਦੇਣੀ ਆ ਲਾਅ ਐਂਡ ਆਰਡਰ। ਜਿੱਥੇ ਲਾਅ ਐਂਡ ਆਰਡਰ ਭੰਗ ਹੋਏਗਾ, ਜਿੱਥੇ ਕੋਈ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇਗਾ, ਕਚਹਿਰੀਆਂ ਕੋਰਟਸ ਨੇ ਨਾ, ਮਾਨਯੋਗ ਕਚਹਿਰੀਆਂ ਨੇ, ਤੁਸੀਂ ਸਿੱਧਾ ਪੁਲਿਸ ਨਾਲ ਕਿਉਂ ਉਲਝਦੇ ਹੋ? ਕੋਰਟਾਂ 'ਚ ਜਾਣ ਨਾ, ਅਸੀਂ ਸਰਕਾਰ ਕੋਲ ਆਉਣ, ਅਸੀਂ ਗੱਲ ਸੁਣਾਂਗੇ ਉਹਨਾਂ ਦੀ, ਸਾਡੇ ਕੋਲ ਆਉਣ, ਇੰਨੇ ਅਸੀਂ ਇੱਥੇ ਨੁਮਾਇੰਦੇ ਸ਼ਹਿਰ ਤੁਰੇ ਫਿਰਦੇ 7-8-10, ਸਾਡੇ ਕਿਸੇ ਕੋਲ ਵੀ ਚਲੇ ਜਾਣ, ਜਾ ਕੇ ਆਪਣੀ ਗੱਲ ਰੱਖਣ, ਸਰਕਾਰ ਤੱਕ ਗੱਲ ਪਹੁੰਚਾਈਏ ਤਾਂ ਕਿ ਧੱਕਾ ਨਾ ਹੋਣ ਦਈਏ। ਪਰ ਜੇ ਤੁਸੀਂ ਕਾਨੂੰਨ ਆਪਣੇ ਹੱਥ 'ਚ ਲਓਗੇ ਉਹ ਨਹੀਂ, ਉਹ ਗਲਤ ਗੱਲ ਆ।